ਅਸੀਂ ਸੀਗੇ ਬੈਂਸ ਨੈਸ਼ਨਲ ਪਾਰਕ ਤੇ ਅਲਬਰਟਾ ਦੇ ਵਿਚ ਪੈਂਦਾ ਆਪਣੀ ਖੂਬਸੂਰਤ ਜਗ੍ਹਾ ਦੀ, ਉੱਥੇ ਸਾਨੂੰ ਕੋਈ ਬੰਦਾ ਮਿਲਿਆ ਗੈਲਰੀ ਦਾ ਸੀਗਾ, ਉਹਨੂੰ ਸ਼ੋਅ ਦਾ ਪਤਾ ਨੀ ਲੱਗਿਆ, ਸਾਡਾ ਗੈਲਰੀ ਸ਼ੋਅ ਸੀ। ਕਹਿੰਦਾ ਜੀ ਤੁਹਾਡੇ ਸ਼ੋਅ ਦਾ ਪਤਾ ਨੀ ਲੱਗਾ, ਅਸੀਂ ਦੇਖ ਨੀ ਸਕੇ। ਮੈਂ ਕਿਹਾ ਚਲੋ ਸਾਡੇ ਇਹ ਤਾਂ ਮਨ ਭਾ ਗਿਆ ਫਿਰ, ਪਰ ਤੁਸੀਂ ਏਦਾਂ ਕਰਨਾ ਸੀ ਗੁਰਦੁਆਰੇ ਗੇੜਾ ਮਾਰ ਲੈਣਾ ਸੀ ਤੇ ਉਹਨਾਂ ਸਾਰਿਆਂ ਲੋਕਾਂ ਨੂੰ ਪਤਾ ਲੱਗ ਜਾਂਦਾ। ਤੇ ਮੈਨੂੰ ਬੜੀ ਔਕਵਰਡ ਲੱਗੀ ਗੱਲ। ਮੈਂ ਕਿਹਾ ਜੀ ਗੁਰਦੁਆਰਾ ਸਾਹਿਬ ਵਿਖੇ ਜੇ ਜਾਂ ਤਾਂ ਕਹਿ ਕੇ ਜਾਓ ਕਿ ਅਸੀਂ ਪ੍ਰਮੋਸ਼ਨ ਕਰਨਾ ਹੈ, ਜੇ ਤੁਸੀਂ ਇਹ ਕਹਿ ਕੇ ਗੁਰਦੁਆਰੇ ਅੰਦਰ ਵੜੋ ਕਿ ਅਸੀਂ ਮੱਥਾ ਟੇਕਣ ਆਏ ਹਾਂ, ਪਰ ਤੁਹਾਡੀ ਖਵਾਹਿਸ਼ ਇਹ ਕਿ ਤੁਹਾਨੂੰ ਸਾਰੇ ਦੇਖਣ ਪਤਾ ਲੱਗ ਜਾਏ ਕਿ ਸ਼ੋਅ ਆ, ਮੈਂ ਕਿਹਾ ਦੈਟ ਇਜ਼ ਵੈਰੀ ਅਨਐਥੀਕਲ ਮੇਰੇ ਖਿਆਲ ਚ। ਉਹ ਮਤਲਬ ਅਸੂਲ ਜ਼ਰੂਰ ਹੋਣੇ ਚਾਹੀਦੇ ਆ। ਦੂਸਰੀ ਗੱਲ ਮੈਂ ਕਿਹਾ ਜਿੱਦਣ ਤੇ ਸ਼ੋਅ ਕਰਨਾ ਹੁੰਦਾ ਉਦਣ ਤਾਂ ਤੁਸੀਂ ਗੁਰਦੁਆਰੇ ਚਲੇ ਜਾਓਗੇ, ਲੋਕ ਦੇਖਣਗੇ, ਸ਼ਾਇਦ ਆ ਵੀ ਜਾਣ। ਜਿੱਦਣ ਸ਼ੋਅ ਹੋ ਗਿਆ, ਸਕਸੈਸਫੁਲ ਵੀ ਹੋ ਗਿਆ, ਭਰ ਗਿਆ, ਸਾਰਾ ਕੁਛ ਹੋ ਗਿਆ, ਫਿਰ ਸ਼ੁਕਰਾਨਾ ਕਰਨ ਜਾਂਦੇ ਹੁੰਦੇ। ਸੋ ਇਹ ਮੈਨੂੰ ਲੱਗਦਾ ਜ਼ਹਿਨੀਅਤ ਜਿਹੜੀ ਆ ਸਾਨੂੰ ਬਦਲਣੀ ਪਏਗੀ। ਜਿੱਥੇ ਸ਼ੁਕਰਾਨਾ ਕਰਨ ਲਈ ਜਾਣਾ ਉੱਥੇ ਜਾਣਾ ਚਾਹੀਦਾ, ਕਿਉਂਕਿ ਮੈਂ ਇੱਕ ਤਾਂ ਕਿਹਾ ਸੀਗਾ ਕਿ ਜਦੋਂ ਪਤਾ ਉਹ ਦਿਲਾਂ ਦੀਆਂ ਜਾਣਦਾ ਏ, ਬਾਰ ਬਾਰ ਫਿਰ ਸੱਜਣਾ ਬੋਲੀਏ ਨਾ, ਕਿਤੋਂ ਸਿੱਖ ਸਰਤਾਜ ਵੇ ਸ਼ੁਕਰ ਕਰਨਾ, ਐਵੇਂ ਹੱਥਾਂ ਦੀਆਂ ਲੀਕਾਂ ਫਰੋਲੀਏ।